ਕੋਈ ਗੱਲ ਨਹੀਂ ਕੋਈ ਗੱਲ ਚੱਲਣ ਦੋ ਜੀ ਹਾਂ ਚਾ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਗੁਰਸੀਰਤ ਸੀਮਾ ਤੇ ਐਂਡ ਗਾਇਸ ਅੱਜ ਤੁਹਾਨੂੰ ਪਤਾ ਹੀ ਆ ਕਿ ਅਸੀਂ ਸ਼ਾਪਿੰਗ ਕਰਕੇ ਆਏ ਸੀਗੇ ਉਸ ਵਲੌਗ ਵਿੱਚ ਤੁਹਾਨੂੰ ਦੱਸਿਆ ਸੀ ਕਿ ਜੋ ਅਸੀਂ ਸ਼ਾਪਿੰਗ ਕੀਤੀ ਆ ਅਸੀਂ ਆਪਣੀ ਨੈਕਸਟ ਵਲੌਗ ਵਿੱਚ ਅਨਬਾਕਸ ਕਰਾਂਗੇ ਐਂਡ ਗਾਇਸ ਉਹੀ ਵਲੌਗ ਹੈ ਤੇ ਅਸੀਂ ਅੱਜ ਆਪਣੀ ਸਾਰੀ ਸ਼ਾਪਿੰਗ ਜਿਹੜੀ ਕੀਤੀ ਸੀ ਦੀਦੀ ਅਨਬਾਕਸ ਕਰਾਂਗੇ ਸਭ ਤੋਂ ਪਹਿਲੇ ਸ਼ੁਰੂ ਕਰਾਂਗੇ ਬੈੱਡ ਸ਼ੀਟਾਂ ਤੋਂ ਹਾਂਜੀ ਬੈੱਡ ਸ਼ੀਟਾਂ ਅਸੀਂ ਕੋਟਨ ਦੀਆਂ ਬੈੱਡ ਸ਼ੀਟ ਲੈ ਕੇ ਆਏ ਆ ਗਰਮੀਆਂ ਵਾਸਤੇ ਵਖਾਓ ਗਾਇਸ ਨੂੰ ਪੈਰ ਉੱਪਰ ਕਰ ਦਿਓ ਨਹੀਂ ਨਹੀਂ ਬਾਹਰ ਨੂੰ ਲਵਾਓ ਜਿਹਨੂੰ ਬਾਹਰ ਕੱਢੋ ਇੱਧੇ ਰਹਿਣ ਦਿਓ ਦੇਖੋ ਗਾਇਸ ਇਹਦਾ ਕਲਰ ਸ਼ੇਡ ਬਹੁਤ ਸੋਹਣਾ ਹੈ ਤੁਹਾਨੂੰ ਖਾਣਾ ਮੈਂ ਸਿੰਗਲ ਬੈੱਡ ਦੀ ਬੈੱਡ ਸ਼ੀਟ ਨੇ ਨਹੀਂ ਬੇਟਾ ਰੁਕੋ ਮੈਂ ਦਿਖਾਈ ਜਾ ਰਹੀ ਹਾਂ ਸਾਰਿਆਂ ਨੂੰ ਉਹ ਨੈਕਸਟ ਬੈੱਡ ਸ਼ੀਟ ਆ ਵੀ ਸਾਡੀ ਇੱਕ ਆ ਵੀ ਹੈ ਇਹ ਵੀ ਸਿੰਗਲ ਬੈੱਡ ਦੀ ਬੈੱਡ ਸ਼ੀਟ ਹੈ ਓਕੇ ਐਵੇਂ ਨਹੀਂ ਨਾ ਕਰੀਦਾ बेडशीट बेटा ऊपर बेडरूम नीचे बेडरूम किन्ने बेडरूम काउंटिंग करो बेडशीट तो बिछानी होंगी है ना चलो रखो ब्राउन ब्राउन बहुत अच्छा सारे अपने फ्रेंड्स नु बोलो कि साडे बेडरूम वास्ते चूज करो केडी बेडशीट असि चाहिए आप फ्लावर वाली अपनी सारे बेडरूम्स दिखाते ने ओके देखो गाइस तो साडी सारीया बेडशीट ते हुन असि खोलेंगे साडे सोफे के कवर सोफे दे कवर टीजर ले आंदे ना जे आपा ते लेके आ ले लिया पाछी बोलतिन खोल दे ਪਤੇ ਨੂੰ ਤਾਂ ਸਭ ਤੋਂ ਜ਼ਿਆਦਾ ਕਾਲੀ ਕਿ ਸਿਰਦ ਦਾ ਉਹ ਸੀ ਗਿਫਟ ਜਿਹੜਾ ਅਨਬਾਕਸ ਕਰੀਏ ਬਟ ਮੈਂ ਸਿਰਦ ਨੂੰ ਕਿਹਾ ਉਹ ਸਭ ਤੋਂ ਬਾਅਦ ਚ ਕਰਾਂਗੇ ਆਪਾਂ ਲਾਸਟ ਵਿੱਚ ਬਹੁਤ ਫੇਰ ਐਕਸਾਈਟਮੈਂਟ ਰਹੀ ਐਂਡ ਗਾਇਸ ਆਵੇ ਕਿ ਮੈਂ ਮੈਨੂੰ ਸਭ ਤੋਂ ਕਿਊਟ ਲੱਗਦਾ ਡਿਜ਼ਾਈਨ ਬਹੁਤ ਸਿਰਦ ਲੋ ਜੀ ਟਾਵਲ ਅਸੀਂ ਟਾਵਲ ਵੀ ਖਾਣੇ ਨੇ ਅਸੀਂ ਆਲ ਤੋਂ ਗਾਇਸ ਅਸੀਂ ਨਿਊ ਟਾਵਲ ਲੈ ਕੇ ਆਏ ਹਾਂ ਸਾਰੇ ਫਸ ਤੋਂ ਲੇਟ ਹੋ ਗਿਆ ਸੀ ਖੋਲਤੇ ਸਾਰੇ ਸੀ ਨਹੀਂ 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 ਲੈ 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 ਦੇਖੋ ਗਾਇਸ अपने आप डाइनिंग टेबल ਦਾ ਕਵਰ ਹੈ ਜੋ ਕਿ ਬਹੁਤ ਸੋਹਣਾ ਜਿਹਾ ਗਰਲਿਸ਼ ਕਲਰ ਹੈ ਇਹਦੇ ਵਿੱਚ ਪਰਪਲ ਗ੍ਰੇ ਮੰਮਾ ਦਾਦੀ ਕੁਕਿੰਗ ਚੈਨਲ ਲਈ ਵੇਖੋ ਗਾਇਸ ਐਪਰਨ ਬਹੁਤ ਕਿ ਆਪ ਵੀ ਲੈਣ ਸੀ ਸ਼ੈਫ ਵਾਲੀਆਂ ਦੂਜੇ ਸਾਡੇ ਪੁਰਾਣੇ ਹੋ ਗਏ ਸਨ ਫਿਰ ਉਹ ਵੀਡੀਓ ਵਿੱਚ ਵਧੀਆ ਨਹੀਂ ਸਨ ਲੱਗਦੇ ਹੈਗੇ ਉਹ ਮੈਂ ਯੂਜ਼ ਕਰਦਾ ਸੀ ਵੇਖੋ ਗਾਇਸ ਦੇਖੇ ਆ ਮੈਨੂੰ ਸਭ ਤੋਂ ਵੀ ਸੋਹਣਾ ਲੱਗਿਆ ਬਿਕੋਜ਼ ਉਹਦਾ ਡਿਜ਼ਾਈਨ ਬਹੁਤ ਸੋਹਣਾ ਉਹ ਮੇਰਾ ਹੈ ਉਹ ਦੂਜਾ ਦਾਦੀ ਦਾ ਉਹ ਵਾਲਾ ਦਾਦੀ ਦਾ ਹਾਂ ਬਈ ਤੁਸੀਂ ਬਿਲਕੁਲ ਸਹੀ ਸਹੀ ਲੈ 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 ਆ ਗਾਇਸ ਸਾਡੇ ਸੋਫੇ ਕਵਰਸ ਨੇ ਦਾਦੀ ਆ ਸਾਰੇ ਇੱਕੋ ਹੀ ਚਿੱਕੇ ਨੇ ਆਹੋ ਸਾਰੇ ਹਲੀ ਕੱਟਣੇ ਨੇ ਦੱਸੋ ਫਰੈਂਡਸ ਕਿਵੇਂ ਦਾ ਲੱਗਿਆ ਸਾਡਾ ਸੋਫਾ ਦਾ ਕਵਰ ਹਾਂਜੀ ਕਮੈਂਟ ਵਿੱਚ ਦੱਸਿਓ ਸਾਡੇ ਸੋਫੇ ਦੇ ਕਵਰ ਕਿਦਾਂ ਦਾ ਲੱਗਿਆ ਪਾਰਮਨ ਚਲੀ ਇੱਥੇ ਗਾਇਸ ਬਹੁਤ ਸੋਹਣਾ ਹੈ ਯਾਰ ਲੰਬੇ ਵਾਲਾ ਆਪਣੇ ਸੋਫੇ ਜਿੱਦਾਂ ਹੀ ਆ ਗਿਆ ਪਰ ਵੱਡਾ ਲੱਗਦਾ ਪਹਿਲੇ ਤੁਸੀਂ ਬੋਰ ਹੋ ਗਏ ਸਾਂ ਅਸੀਂ ਕਿ ਹੁਣ ਨਿਊ ਨਿਊ ਮਸ਼ਾਵਾਂਗੇ ਸਾਰੇ ਉਹਦਾ ਪਹਿਲਾ ਦਿਨ ਉਹ ਬਲੈਕ ਸੀ ਕਿਤੇ ਮੈਂ ਫਤੇ ਚੁੱਪ ਕਰ ਜਾ ਕੇ ਤੂੰ ਦਿਮਾਗ ਖਾ ਜਾਣਾ ਹੈ ਉਹ ਛੋਟੇ ਭਾਂਡੇ ਮੇਰੇ ਗਾਇਸ ਚਲਾ ਜਲਦੀ ਖਾ ਜਲਦੀ ਖਾ ਦੇਖੋ ਸਿਰਤ ਕਰਕੇ ਲੈ ਗਈ ਸ਼ੋਪਿੰਗ छोटी छोटी मेरी मेरी तो फते वास्ते दो ग्लास ਸਾਡੇ ਕੋਲ ਦਾਦੀ ਦੇ ਕੁੜਤੇ ਪਜਾਮੇ ਨੇ ਮਮਾ ਵਾਲਾ ਇਸ ਵਿੱਚ ਕੀ ਹੈ ਦੇਖ ਲੈ ਆ ਸਾਡੀ ਆਇਲ ਪਾਉਣ ਵਾਲੀ ਬੋਟਲ ਨੇ ਖਾਓ ਇਹ ਜਿਹੜੀ ਨਾ ਕੁਕੀ ਆਇਲ ਪਾਵਾਂਗੇ ਮਮਾ ਖਾਓ ਯਾਰ ਗਾਇਸ ਵੇਖੋ ਇਹ ਮਿੰਨੀ ਫੋਕਸ ਛੋਟੇ ਛੋਟੇ
ਖਾਵੇ ਜਰਾ ਛੁੱਟ ਜੇ ਮੇਨ ਚੀਜ਼ ਹੈ ਜਿਹੜਾ ਸੰਦਾਰਾ ਹੋਣਾ ਸੀ ਵਾਓ ਕਿ ਅਸੀਂ ਵੀਡੀਓ ਵਾਸਤੇ ਲੈ ਕੇ ਆਏ ਆ ਅਸੀਂ ਦੋਨਾਂ ਦੀ ਅਸੀਂ ਤੀਆਂ ਦੀ ਵੀਡੀਓ ਬਣਾਵਾਂਗੇ ਸੰਦਾਰੇ ਵਾਲੀ ਅਸੀਂ ਇਹਦੇ ਵਿੱਚ ਮੈਂ ਸਾਰੇ ਭਾਂਡੇ ਭਾਂਡ ਸਕਦੀ ਆ ਅਨਬਾਕਸ ਵੀ ਕਰ ਲਿਆ ਮੈਂ ਤੇ ਇਸੀ ਲਿਆਂਦਾ ਹੈ ਨੌਨ ਸਟਿਕ ਤਵਾ ਚਿੱਲਾ ਬਣਾਉਣ ਲਈ ਚਿੱਲਾ ਹੀ ਬਣਾਈ ਦੇਣਾ ਹਾਂ ਚਿੱਲਾ ਡੋਸਾ ਵੀ ਇਹਦੇ ਉੱਤੇ ਅਸੀਂ ਬਣਾ ਸਕਦੇ ਹਾਂ ਤੂੰ ਬੋਲ ਰਹੀ ਆ ਓਏ ਆਪਣੀ ਹੁੰਦੀ ਫਤਿਹ ਫਤਿਹ ਬੇਟਾ ਇਹ ਲੇਡੀਜ਼ ਦਾ ਸਮਾਨ ਹੈ ਤੂੰ ਬੈਠ ਜਾ ਆਰਾਮ ਨਾਲ ਪਾਪਾ ਕੋਈ ਬੋਲਦੇ ਪੈਣੇ ਦੱਸ ਤੇ ਲੈ ਫਤਿਹ ਨੂੰ ਬੜਾ ਮਜ਼ਾ ਆਉਂਦਾ ਲੇਡੀਜ਼ ਦੇ ਸਮਾਨ ਚ ਮੈਨੂੰ ਫਤਿਹ ਦੀ ਸਪੋਰਟ ਹੈ ਬੋਲਣਾ ਪੈਣਾ ਫਤਿਹ ਕਹਿੰਦਾ ਬੋਲੋ ਪਾਪਾ ਪਰ ਬੇਟਾ ਲੇਡੀਜ਼ ਵਾਲਾ ਮਹਿਕਮਾ ਇਹਦੇ ਚ ਆਪਾਂ ਇੰਟਰਫੇਅਰ ਕਰਨਾ ਹੀ ਨਹੀਂ ਆ ਗਏ ਸਾਡੇ ਸਭੀ ਕੜਾਈਆਂ ਕੜਾਈ ਨੂੰ ਪੜਾ ਲਿਆ ਆਪਾਂ ਮੈਂ ਦੇਖੀ ਚਿੱਲਾ ਦੇ ਗਾਇਸ ਫਤਿਹ ਰੋਲਾ ਨਹੀਂ ਦੇਖੀ ਕੜਾਈ ਅਸੀਂ ਨੋਟ ਕੀ ਕਰ ਲਈ ਆਏ ਆ ਵੱਡੀ ਕੜਾਈ सारी चीजा का पता फते रोलर भी कर देखो फते बुलेट वेखो भाई पहला गाइस सीधी करो स्टैंड लाओ क्लासिक बुलेट शानदार फ्रंट तो दिखाओ एंड गाइस इधर साइड ते भी टू व्हील्स आ ना सी लगा भी सकने पेच नाल सी हटा भी सकने आ फते ये सवा लाख रुपए दी फते दी बुलेट आई है नवी दो हो दी आई है ये मॉन्स्टर ट्रक के ये 25 लाख दा है चलो जी हुन करो जी स्पेशल अनबॉक्स गुरसीरत कौर दी की स्पेशल अनबॉक्स देखना भाई मैं बहुत इंस्पायर्ड ना खाना खाई नहीं ਲੈਨੇ ਲਕੋ ਕੇ ਰੱਖਿਆ ਕਿਚਨ ਸੈਟ ਡੋਰਾ ਡੋਰਾ ਵਾਲਾ ਕਿਚਨ ਸੈਟ ਡੋਰਾ ਐਕਸਪਲੋਰਰ ਦਾ ਕਿਚਨ ਸੈਟ ਹੈ ਸ਼ਿਟ ਗੁਰਸੀਰਤ ਮੈਂ ਤੇ ਬਹੁਤ ਐਕਸਾਈਟਿਡ ਹਾਂ ਗਾਇਸ ਦਾਦੀ ਕੰਚੀ ਦਾ ਕੰਚੀ ਸੁਸ ਨਹੀਂ ਨਹੀਂ ਐਵੇਂ ਲੈ ਲਓ ਸਾਰਾ ਫਿਰ ਐਵੇਂ ਕਿਲਰ ਦੇ ਮੈਂ ਵੀ ਤਾਂ ਖਾਣ ਨੂੰ ਖਾਣ ਦੋਸਤ ਸੀ ਜਦ ਮੈਂ ਬਾਹਰ ਰੱਖਾਂ ਇਹ ਕੀ ਕਰਨਾ ਹੈ ਕੁਛ ਮਜ਼ੇ ਕਰਨ ਦੇ ਸੀ ਚੋਰੀ ਚੋਰੀ ਗੱਲਾਂ ਕਰਦੇ ਹੋ ਦੱਸੋ ਪਤਾ ਨਹੀਂ ਲੱਗਦਾ ਕੜਾਕੇ ਕੱਢ ਦਿੱਤੇ ਨੇ ਕੋਈ ਫਤਿਹ ਨੇ ਅਨਬੋਕਸ ਕਰ ਦਿੱਤੀ ਗੈਸ ਮੈਨੂੰ ਹਾਸਾ ਹੀ ਜਾਂਦਾ ਫਤਿਹ ਨੇ ਫਲੂਦਾ ਰਬੜੀ ਫਲੂਦਾ ਖਾਧਾ ਅਨਬੋਕਸ ਕਰ ਦਿੱਤੀ ਕਾਰਬਨ ਡਾਈਆਕਸਾਈਡ परेशान कर दिता सारी संगत नू वाह जी वाह गाइस तुसी भी दस्या जे फते ने की कारवाई कीती है नहीं फेर ना करना है दस फेर मैं काम कीता हूं जी पता लग जाना सी फते हो थले प्लेट्स वगैरा सब कुछ क्रोकरी रख सकते हो एक एक पोर्शन है वाला इहदा इहनू जोड़ के पूरा सैट बनेगा फिर हुण वेखां किवें बनदा है पता नहीं कि आ फ्रीजर डबल डोर वाला फ्रीजर है गुरसीरत दा इहदे विच आइस स्टोर पैंदा है देखो गाइस हुण मैं अपना सारा सामान अनबॉक्स कर रही हां
ਇੱਥੇ ਸਾਡੇ ਕੋਲ ਵਾਟਰਮੈਲਨ ਨੇ ਫਰੂਟਸ ਨੇ ਆ ਛੋਟਾ ਜਿਹਾ ਕੇਕ ਦਾ ਟੁਕੜਾ ਵੀ ਸਿੱਧਾ ਕਰੋ ਨਾ ਇਹਨੂੰ ਸਿੱਧਾ ਖੜਾ ਕਰੋ ਸਾਰਾ ਜੋੜ ਕੇ ਵੀ ਬਣਾ ਸਕਦੇ ਆ ਅਲੱਗ ਅਲੱਗ ਵੀ ਰੱਖ ਸਕਦੇ ਆ ਨੈਕਸਟ ਕੀ ਸੀ ਰੁਕੋ ਹੁਣ ਮੈਂ ਤੁਹਾਨੂੰ ਡਬਲ ਡੋਰ ਸਾਢੇ 400 ਲੀਟਰ ਕੀ ਉੱਤੇ ਸੋਰੀ ਡਬਲ ਮੈਂਗੋ ਜੂਸ ਗ੍ਰੇਪ ਜੂਸ ਗਲਾਸਿਸ ਨੇ ਟੀ ਸੈਟ ਤੇ ਸਾਰਾ ਸਮਾਨ ਹੈ ਐਂਡ ਗਾਈਸ ਆ ਵੀ ਮੇਰੇ ਪਾਰਟ ਹੈ ਆ ਗਾਈਸ ਡਿਸ਼ ਵਾਸ਼ਰ ਹੈ ਡਿਸ਼ ਵਾਸ਼ ਹੋਈਆਂ ਨੇ ਤੇ ਪਿੱਛੇ ਸਾਰੇ ਸੌਕਸ ਪਏ ਨੇ ਵਾਹ ਜੀ ਵੇਖੋ ਜੀ ਆ ਡਿਸ਼ ਵਾਸ਼ਰ ਹੈ ਇਹਦੇ ਵਿੱਚ ਸੈੱਟ ਕਰਕੇ ਆਪਾਂ ਭਾਂਡੇ ਧੋਣ ਵਾਲੀ ਜਿਹੜੀ ਮਸ਼ੀਨ ਹੁੰਦੀ ਹੈ ਉਹ ਇਹਦੇ ਵਿੱਚ ਭਾਂਡੇ ਰੱਖੋ ਬੰਦ ਕਰੋ ਉੱਤੋਂ ਤੁਸੀਂ ਟਾਈਮਿੰਗ ਲਾਓ ਟਾਈਮਰ ਸੈੱਟ ਕਰਕੇ ਤੇ ਇਹਦੇ ਵਿੱਚ ਜੋ ਵੀ ਸੋਪ ਵਗੈਰਾ ਡਿਸ਼ ਵਾਸ਼ ਦਾ ਸਿਸਟਮ ਲਾ ਕੇ ਤੇ ਗਾਈਸ ਵੇਖੋ ਆ ਮੇਰੇ ਮਾਈਕ ਖਾਓ ਹੁਣ ਸਿੱਧਾ ਕਰਕੇ ਖਾਣੋ ਬੇਟਾ ਕਿੱਦੇ ਕਰਦੇ ਪਿਓ ਇਹ ਨਹੀਂ ਮੈਨੂੰ ਲੱਗਦਾ ਕੇਕ ਬਣਦੇ ਪਏ ਨੇ ਉਹ ਵਿੱਚ ਸਿੱਧਾ ਹੋ ਜਾਏਗਾ ਕੋਈ ਨਹੀਂ ਉੱਤੇ ਵੇਖੋ ਗਾਈਸ ਇਹਨੂੰ ਉਤਾਰਿਆ ਸੀ ਨਾ ਪਿੱਛੋਂ ਤੇ ਉਹ ਸੈੱਟ ਨਹੀਂ ਉਹ ਜਿੱਦਾਂ ਮਾਈਕ੍ਰੋਵੇਵ ਵਿੱਚ ਤੁਸੀਂ ਕੇਕ ਤਿਆਰ ਕਰੋ ਜੋ ਮਰਜ਼ੀ ਕਰੋ ਟੈਂਪਰੇਚਰ ਐਂਡ ਗਾਈਸ ਆ ਵੀ ਵਾਹ ਵਾਹ ਲਿਖਿਆ ਉਹਨਾਂ ਨੇ ਮਾਈਕ੍ਰੋਵੇਵ ਵਾਹ ਵਾਹ ਨਵੀਂ ਟੈਕਨੋਲੋਜੀ ਆ ਗਈ ਗਾਈਸ ਹੁਣ ਮਾਈਕ੍ਰੋਵੇਵ ਹੁੰਦੇ ਸੀ ਪਹਿਲਾਂ ਹੁਣ ਮਾਈਕ੍ਰੋਵੇਵ ਵਾਹ ਆ ਗਏ ਨੇ ਇਹ ਵਾਹ ਵਾਹ ਚੀਜ਼ ਬਣਾਉਂਦੇ ਨੇ ਤਾਂ ਇਹਨਾਂ ਨੇ ਵਾਹ ਵਾਹ ਲਿਖਿਆ ਮਾਈਕ੍ਰੋਵੇਵ ਵਾਹ ਇਹਦੇ ਵਾਹ ਵਾਹ ਚੀਜ਼ਾਂ ਹੁਣ ਮੈਂ ਗਾਈਸ ਤੁਹਾਨੂੰ ਸਾਰਾ ਕੁਝ ਤਾਂ ਕਰਕੇ ਇਹਨਾਂ ਨੇ ਮਾਈਕ੍ਰੋਵੇਵ ਵਾਹ ਲੈ ਲਈ ਤਾਂ ਫਤਿਹ ਵਿਚਾਰਾ ਤੇ ਹੁਣ ਖਾਲੀ ਹੁਣ ਫਤਿਹ ਪਾਸ ਗਿਆ ਬਾਹਰ ਫਤਿਹ ਬੜਾ ਗੰਦਾ ਬੰਦਾ ਗੜਬੜ ਕਰ ਜਾਂਦਾ ਕਈ ਵਾਰੀ ਇੱਕ ਸਾਈਡ ਤੇ ਤੇ ਹੁਣ ਮੈਂ ਸਾਰਾ ਕੁਝ ਸੈੱਟ ਕਰ ਦਿੰਦੀ ਹਾਂ ਵੀ ਦੱਸਿਓ ਗਾਇਸ ਆਪਣੇ ਕਮੈਂਟ ਕਰਕੇ ਦੱਸਿਓ ਗੁਰਸੀਰਤ ਦਾ ਤੁਹਾਨੂੰ ਇਹ ਟੋਏ ਕਿਵੇਂ ਲੱਗਿਆ ਮੰਨ ਜਾਂਦਾ ਐਂਡ ਗਾਇਸ ਅਸੀਂ ਆਪਣਾ ਸਾਰਾ ਸਮਾਨ ਹੁਣ ਅਨਬਾਕਸ ਕਰ ਲਿਆ ਇਹਨੇ ਅੱਜ ਬੜੇ ਫੱਟੇ ਚੁੱਕੇ ਨੇ ਪੈਸਿਆਂ ਦੇ ਕੁਛ ਲੱਕ ਪਤਾ ਨਹੀਂ ਕਈ ਕੁਛ ਲੈ ਲਿਆ ਇਹਨਾਂ ਨੇ ਤੇ ਉਹਦੀ ਅਨਬਾਕਸਿੰਗ ਕਰ ਦਿੱਤੀ ਫੜ ਕੇ ਤੇ ਗਾਇਸ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ ਤੇ ਗੁਰਸੀਰਤ ਦਾ ਜਿਹੜਾ ਕਿਚਨ ਵਾਲਾ ਸਿਸਟਮ ਹੈ ਆ ਸੈੱਟ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਰਾ ਹਾਂਜੀ ਤੇ ਫਤਿਹ ਦੀ ਕਾਰਵਾਈ ਤੇ ਫਤਿਹ ਦੀ ਕਾਰਵਾਈ ਬਾਰੇ ਵੀ ਦੱਸਿਆ ਤੁਸੀਂ ਡਿਟੇਲ 'ਚ ਤੇ ਐਂਡ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਕਮੈਂਟ ਵੀ ਕਰ ਦਿਓ ਕਿੰਨਾ ਲੱਗਿਆ ਸਾਡਾ ਅੱਜ ਦਾ ਵਲੌਗ ਐਂਡ ਗਾਇਸ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਜਿਸ ਨਾਲ ਤੁਹਾਨੂੰ ਸਾਡੀ ਨਿਊ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਐਂਡ ਟੇਕ ਕੇਅਰ ਬਾਏ ਬਾਏ ਥੈਂਕਸ ਫੋਰ ਵਾਚਿੰਗ ਮੀਟ ਯੂ ਨੈਕਸਟ ਵੀਡੀਓ ਬਾਏ